ਪਹਿਲਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 645ਵਾਂ ਜੋ ਹੈ ਉਹ ਜਨਮ ਦਿਨ ਸਮਾਰੋਹ ਜਿਹੜਾ ਹੈ ਉਹਦੇ ਸੰਬੰਧ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਤਸਵੀਰਾਂ ਦੇਖ ਸਕਦੇ ਹੋ, ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤਸਵੀਰ ਦਿਖਾਈ ਜਾਵੇ ਕਿ ਲੋਕਾਂ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ, ਜੋ ਸੰਗਤਾਂ ਨੇ ਉਹਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਹੈ। ਸਾਡੇ ਨਾਲ ਮਾਲਾ ਜੀ ਵੀ ਮੌਜੂਦ ਨੇ, ਕਿੱਦਾਂ ਦਾ ਸੰਦੇਸ਼ ਦੇਣਾ ਚਾਹੁੰਦੇ ਨੇ? ਧੰਨਵਾਦ ਕਰਦਾ ਜਿਨ੍ਹਾਂ ਨੇ ਸਤਿਗੁਰ ਰਵਿਦਾਸ ਮਹਾਰਾਜ ਦੇ 645ਵੀਂ ਗੁਰਪੁਰਬੀਆਂ ਜੋ ਅੱਜ ਸੰਗਤਾਂ ਖੁਸ਼ੀਆਂ ਮਨਾ ਰਹੀਆਂ ਨੇ ਅਤੇ ਸ਼ੋਭਾ ਯਾਤਰਾ ਮਗਰਾਲਾ ਗੁਰੂ ਘਰ ਦੇ ਵਿੱਚੋਂ ਹੋ ਕਰਕੇ ਚੱਲੀ ਹੈ। ਤੋ ਇਹ ਮੇਨ ਸ਼ਹਿਰਾਂ ਦੇ ਵਿੱਚ ਹੋ ਕੇ ਮੱਠ 'ਤੇ ਲਾਗੂ ਮੁੜ ਕੇ ਫਿਰ ਸਮਾਪਤੀ ਹੋਵੇਗੀ। ਅੱਜ ਬੜੀਆਂ ਖੁਸ਼ੀਆਂ ਸੰਗਤਾਂ ਦੇ ਮਨਾਂ ਵਿੱਚ ਹਨ ਆਪਣੇ ਗੁਰੂ ਪ੍ਰਤੀ। ਸੋ ਮੈਂ ਸਾਰੀਆਂ ਸਮੂਹ ਸੰਗਤਾਂ ਨੂੰ, ਵਿਸ਼ਵ ਦੀਆਂ ਸਮੂਹ ਸੰਗਤਾਂ ਨੂੰ ਅੱਜ ਗੁਰੂ ਰਵਿਦਾਸ ਮਹਾਰਾਜ ਦੇ 645ਵੇਂ ਗੁਰਪੁਰਬ 'ਤੇ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਜੋ ਗੁਰੂ ਰਵਿਦਾਸ ਮਹਾਰਾਜ ਨੇ ਸ਼ਾਂਤੀ ਦਾ ਸੰਦੇਸ਼ ਔਰ ਭਾਈਚਾਰੇ ਦਾ ਦਿਲ ਵਰ ਕੇ ਰਹਿਣਾ ਇਹ ਸੰਦੇਸ਼ ਦਿੱਤਾ ਗੁਰੂ ਮਹਾਰਾਜ ਜੀ ਨੇ, ਸੰਗਤਾਂ ਇਸ 'ਤੇ ਅਮਲ ਕਰਦੀਆਂ ਨੇ ਗੁਰੂ ਕਿਰਪਾ ਨਾਲ। ਅੱਜ ਇਹੀ ਸਾਡਾ ਵੀ ਇਹੀ ਸੰਦੇਸ਼ ਹੈ ਸੰਗਤਾਂ ਨੂੰ, ਸਾਰੇ ਮਿਲ ਜੁਲ ਕੇ ਰਹੋ। ਜਿਸ ਤਰ੍ਹਾਂ ਈਦ 'ਤੇ ਸਾਰੇ ਮਿਲਦੇ ਹਾਂ ਗਲੇ ਮਿਲ ਕੇ, ਇਸੇ ਤਰ੍ਹਾਂ ਅੱਜ ਵੀ ਸਾਰੀਆਂ ਆਪਸ ਵਿੱਚ ਨਫ਼ਰਤਾਂ ਭੁਲਾ ਕਰਕੇ ਇੱਕ ਪਿਆਰ ਦਾ ਸੰਦੇਸ਼ ਗੁਰੂ ਮਹਾਰਾਜ ਜੀ ਨਾਂ ਦਾ ਦੇਣਾ ਹੈ। ਮੈਂ ਇੰਨਾ ਕੁਛ ਕਹਿੰਦਾ ਹੋਇਆ। ਸ਼ਹਿਰਾਂ ਦੇ ਵਿੱਚ ਜਾਂਦੇ ਪਏ ਹੋ, ਸ਼ਹਿਰ ਦੇ ਵਿੱਚੋਂ ਲੰਘਦੇ ਪਏ ਹੋ, ਸੰਗਤਾਂ ਦਾ ਕਿੱਦਾਂ ਦਾ ਉਤਸ਼ਾਹ ਹੈ ਔਰ ਕਿੱਦਾਂ ਸਵਾਗਤ ਕੀਤਾ ਜਾ ਰਿਹਾ? ਬਹੁਤ ਉਤਸ਼ਾਹ ਹੈ ਉਹਨਾਂ ਦਾ, ਜਜ਼ਬਾਤ ਜਿਹੜੇ ਆ ਦੇਖ ਕਰਕੇ ਮਨ 'ਚ ਬਹੁਤ ਖੁਸ਼ੀ ਹੁੰਦੀ ਆ। ਇਹ ਸਾਰਾ ਸਤਿਗੁਰ ਦਾ ਪਿਆਰ ਹੈ ਆਪਣੇ ਸੰਗਤਾਂ ਦਾ ਗੁਰੂ ਪ੍ਰਤੀ, ਬਹੁਤ ਉਤਸ਼ਾਹ ਹੈ। ਦੇਖੋ ਤੁਹਾਡੇ ਸਾਹਮਣੇ ਢੋਲ ਢਮੱਕੇ ਵੱਜਦੇ ਜਾ ਰਹੇ ਨੇ, ਖੁਸ਼ੀਆਂ 'ਚ ਗੀਤ ਗਾਉਂਦੇ ਜਾ ਰਹੇ ਨੇ। ਇਹ ਇੱਕ ਆਪਣੇ ਗੁਰੂ ਪ੍ਰਤੀ ਜਜ਼ਬਾ ਹੈ ਔਰ ਇਸ ਜਜ਼ਬੇ ਨੂੰ ਮੈਂ ਸਲਾਮ ਕਰਦਾ ਹਾਂ ਸੰਗਤਾਂ ਨੂੰ ਮਹਾਰਾਜ ਦੀ ਕਿਰਪਾ ਨਾਲ। ਸੰਗਤਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਅੱਜ ਦੇ ਦਿਨ ਦੇ ਉੱਤੇ ਕੀ ਸੁਨੇਹਾ ਦੇਣਾ ਚਾਹੁੰਦੀਆਂ ਨੇ ਔਰ ਕਿੱਦਾਂ ਦਾ ਪਿਆਰ ਜੋ ਹੈ ਉਹ ਦੀਨਾ ਨਗਰ ਦੇ ਵਿੱਚੋਂ ਮਿਲ ਰਿਹਾ ਹੈ ਜਦੋਂ ਸ਼ਹਿਰਾਂ ਦੇ ਵਿੱਚੋਂ ਸ਼ੋਭਾ ਯਾਤਰਾ ਲੰਘਦੀ ਪਈ ਹੈ। ਸਵਾਗਤ ਕਰਦੇ ਹਾਂ ਜੀ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਜਨਮ ਦਿਹਾੜੀ 'ਤੇ ਸਮੁੱਚੀ ਸੰਗਤ ਨੂੰ ਵਧਾਈਆਂ ਦਿੰਦਾ ਹਾਂ ਅਤੇ ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅੱਜ ਸ਼ੋਭਾ ਯਾਤਰਾ ਦੇ ਦਿਹਾੜੇ 'ਤੇ ਸਾਰੀ ਸੰਗਤ ਦੇ ਵਿੱਚ ਉਹਨਾਂ ਦੇ ਜੋ ਸੰਦੇਸ਼ ਆ ਸਮੁੱਚਾ ਇਸ ਸ਼ੋਭਾ ਯਾਤਰਾ ਦੇ ਰਾਹੀਂ ਅਸੀਂ ਸੰਗਤ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਔਰ ਇਹ ਬਹੁਤ ਹੀ ਅੱਜ ਦੀਨਾਨਗਰ ਦੇ ਵਿੱਚ ਬੜੀ ਹਰਸੋ ਉਲਾਸ ਨਾਲ ਸ਼੍ਰੀ ਗੁਰੂ ਜਗਦੀਸ਼ਗਿਰੀ ਮਹਾਰਾਜ ਜੀ ਦੇ ਰਹਿਮਨਵਾਈ ਦੇ ਵਿੱਚ ਇਹ ਜੋ ਸ਼ੋਭਾ ਯਾਤਰਾ ਦਾ ਅੱਜ ਦਾ ਦਿਹਾੜਾ ਹੈ ਬਹੁਤ ਹੀ ਹਰਸੋ ਉਲਾਸ ਦੇ ਨਾਲ ਸੰਗਤਾਂ ਵੱਲੋਂ ਜੋ ਆਪਣੀ ਸ਼ਮੂਲੀਅਤ ਦੇ ਕੇ ਅੱਜ ਇਹਨੂੰ ਜੋ ਮਨਾਇਆ ਜਾ ਰਿਹਾ ਹੈ ਔਰ ਇਹਦੇ ਨਾਲ ਹੀ ਕੱਲ੍ਹ ਗੁਰੂ ਘਰ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਜੋ ਹੈ ਸਤਸੰਗ ਹੋਣਗੇ ਅਤੇ ਅਟੁੱਟ ਲੰਗਰ ਜਿਹੜੇ ਆ ਵਰਤਣਗੇ ਅਤੇ ਅੱਜ ਅਸੀਂ ਸਮੁੱਚੀ ਆਪਣੇ ਸ਼੍ਰੀ ਗੁਰੂ ਰਵਿਦਾਸ ਮੰਦਰ ਮਗਰਾਲਾ ਦੀ ਕਮੇਟੀ ਜੋ ਹੈ ਗੁਰੂ ਘਰ ਕਮੇਟੀ ਦੀ ਪੂਰੀ ਟੀਮ ਵੱਲੋਂ ਸੰਗਤਾਂ ਵੱਲੋਂ ਅਸੀਂ ਪੂਰੇ ਸਮੁੱਚੇ ਜਗਤ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਿਹਾੜੀ ਦੇ ਉੱਤੇ ਲੱਖ ਲੱਖ ਵਧਾਈ ਦਿੰਦੇ ਹਾਂ। ਧੰਨਵਾਦ, ਮੈਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪਣਾ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡਾ ਅੱਜ ਇਹ ਗੁਰੂ ਮਹਾਰਾਜ ਜੀ ਦਾ ਜਿਹੜਾ ਸੰਦੇਸ਼ ਆ ਉਹ ਦੁਨੀਆ ਤੱਕ ਆਪਣੇ ਮਾਧਿਅਮ ਵਿੱਚ ਪਹੁੰਚਾਓ। ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਜੋ ਹੈ ਉਹ ਖੁਸ਼ੀ ਦੀ ਲਹਿਰ ਹੈ। ਕੈਮਰਾਮੈਨ ਨੂੰ ਆਗਾ ਤਸਵੀਰਾਂ ਦਿਖਾਈਆਂ ਜਾਣ ਕੇ ਭੰਗੜੇ ਪਾ ਕੇ ਔਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਪਿੱਛੇ ਔਰ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਜੋ ਨੇ ਉਹ ਸੱਜੀਆਂ ਹੋਈਆਂ ਨੇ। ਹੋਰ ਵੀ ਅਪਡੇਟ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਡਾ ਸਾਂਝੀਆਂ ਕਰਦੇ ਰਹਾਂਗੇ ਆਪਣੇ ਸਹਿਯੋਗੀ ਰਾਜਨ ਦਾਵਾ ਦੇ ਨਾਲ। ਮੈਂ ਰਾਜੇਸ਼ ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ। ਹੁਣੇ ਮਿਲੋ ਬਾਬਾ ਖਾਨ ਨੂੰ 98766680। ਸਮੱਸਿਆ ਜਿਵੇਂ ਸੰਤਾਨ ਪ੍ਰਾਪਤੀ, ਕਾਰੋਬਾਰ ਦੇ ਵਿੱਚ ਘਾਟਾ, ਵਿਦੇਸ਼ ਯਾਤਰਾ ਦੇ ਵਿੱਚ ਦੇਰੀ, ਪਤੀ ਪਤਨੀ ਦੇ ਵਿੱਚ ਕਲੇਸ਼, ਪੜ੍ਹਾਈ ਵਿੱਚ ਮਨ ਦਾ ਨਾ ਲੱਗਣਾ, ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ, ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਹੁਣ ਸੁਪਨੇ ਦੇਖਣਾ ਛੱਡੋ, ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਦੇ ਲਈ ਕਦਮ ਚੁੱਕੋ। ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।